ਇਦਾਂ ਕਿਉਂ ਵਾਹ ਸ਼ਾਬਾਸ਼ ਐਂ ਆਉਣਾ ਚਾਹੀਦਾ ਇਹਦੇ ਨਾਲ ਲੈ ਗਿਆ ਵਾ ਦੂਰੰਗਾ ਜਾਣਾ ਤੇਰਾ ਉਹ ਗਿਆ ਚੱਲ ਓਏ ਉਹ ਦੇਖ ਦੇ ਆ ਕੀ ਆ ਓਏ ਹੁਣ ਦੇਖੀ फाइटर दी नवी पैकिंग आई है धागे मतलब कि धागा प्लास्टिक थोड़ा मिक्स जहा वेरियंट आ अज ए लड़ावे कमेंट करके ना पूछा करो केड़ी डोर आ जिड़ी दिखाने उ होंगी है। वेलकम बैक टू अनदर व्लॉग होप तुसीं सारे घेंट हो। अज बड़ी वधिया धुप निकली आ ते अज वधिया नज़ारा भी आऊगा डाउन च जल्दी पई अज हवा तो अज हैगी मैं पाड़ गया मैं कह ही थी मूहरों पाड़ू कोई नहीं देखी चलू नीला नीला ब्रो नीला पता थले करके डाला बड़े दिन बाद अज नीला आसमान देखे ना काला ही होंदा नहीं तां ओ शेड छटनी केड़ी उधर ओए होए हुण अपना पेचा पै गया जाना ही जाना हूं मैं ओ क्यों इदां क्यों वाह शाबाश थले काटियां पै जानियां ने करा की करा कुरा तो पता नहीं भाई वारी आ जानी है ओ अगे संतरी भी है बच के रही हूं तो दसदा नहीं हूं पढ़ाने के चक्कर च मैं दसदा पर थले करके बदना नहीं बहुत काचा मीचा होया पिया यार आले दुआले पतंग ही बहुत चढ़न लग गए लै थले काट ही ना पैरे बस बच के रही ओ भाई ओ माय आ पहला यार नली मार जी तार बाद तो गया ओ दोने रले हुए ने ताइयों आपस च विच नहीं लाउंदे देख ला है ना ओ हुण आई ओ चेक 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 थका दे 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 बस थले नु करके सार दे रहे नहीं सारा पतंग उतारता दिल कि गया किए गा तेन भी घेरा पै गया पाकिस्तान नेपाल ने घेर लिया आ देख नली मार तार पहले उत्ते धर दे यार इहदे आ जा आ जा चल ओ आ उधर देख आए गुंजल पै गया गुंजल पै गई ओए मानसू की तेरे नो तणके मार मार भर देनी है निकल जा ओ चल ओए वाह रे इधर तणके उधर बंदा आउंदा अपना आउंदा 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 नहीं पता चलना चढ़न सर चढ़ता लैन दे यार की फायदा ਉਹੀ ਲੱਗਿਆ ਹੋਇਆ ਸੀ ਉਧਰ ਨੂੰ ਲੱਗੀ ਉਹਦੇ ਨਾਲ ਆ ਉਹਦੇ ਨਾਲ ਓਏ ਉਧਰ ਸੰਤਰੀ ਵੀ ਲਾਈ ਫਿਰਦਾ ਦੂਰ ਨੂੰ
ਕਿਹੜਾ ਸੰਤਰੀ ਉਹ ਤਾਂ ਬਹੁਤ ਦੂਰ ਆ ਯਾਰ ਹਲੇ ਇੱਥੋਂ ਜਾਂਦੀ ਆ ਡੋਰ ਉਹਦੀ ਅੱਛਾ ਮੇਲੇ ਨਾਲ ਲੱਗੂ ਪਹਿਲਾਂ ਤਾਂ ਥੱਲੇ ਕਰਕੇ ਬਿਠਾ ਲਾ ਉਹੀ ਕਰਦਾ ਪਿਆ ਅੱਗੇ ਦੋ ਰੰਗਾ ਵੀ ਨੇ ਮੈਦਾਨ ਦੇ ਵਿੱਚ ਦੋ ਰੰਗਾ ਜੀ ਮੇਰਾ ਵੱਡਿਆ ਗਿਆ ਫੈਂਟੂ ਬਹੁਤ ਅੱਗੇ ਪੈ ਜਾਣਾ ਆਪਣਾ ਦੇਖਿਆ ਨਹੀਂ ਪੈਂਦਾ ਥੱਲੇ ਕਰ ਥੱਲੇ ਥੱਲੇ ਉਹਦੀ ਡੋਰ ਆ ਉੱਤੇ ਆਪਣੀ ਆ ਉਹ ਦੋ ਰੰਗਾ ਦੋ ਰੰਗਾ ਦੋ ਰੰਗਾ ਲੈ ਗਿਆ ਵਾ ਦੋ ਰੰਗਾ ਜਾਣਾ ਤੇਰਾ ਉਹ ਗਿਆ ਚੱਲ ਨਲੀ ਮਾਰ ਗਈ ਪਤਾ ਨੀ ਲਿਆ ਖਿੱਚ 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 ਗਲਤ ਹਵਾ ਚ ਲੈ ਗਿਆ ਪਹਿਲਾਂ ਠੀਕ ਸੀ ਬੜਤਾ ਇੱਕ ਹੋਰ ਕਰਤੇ ਚੜਦੇ ਸਰ ਫੇਰ ਸਮਾਨ ਖਾਲੀ ਬਾਈ ਬਹੁਤ ਵਧਾਉਣਾ ਪੈਣਾ ਹਲੇ ਹੁਣ ਤਾਂ ਲੱਗੂ ਹੁਣ ਦੋਨੇ ਖਿੱਚ ਦਾ ਲੈ ਕੇ ਜਾਓ ਸੰਤਰੀ ਵੀ ਥੱਲੋ ਆਊ ਆ ਗਿਆ ਆ ਗਿਆ ਆ ਗਿਆ ਕਰ 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 ਉੱਤੇ ਉੱਤੇ ਕਰ ਉੱਤੇ ਕਰ ਬਰਾਬਰ ਖਿੱਚ ਲਾ ਦੀ ਯਾਰ ਹੁਣ ਤਾਂ ਵਧਿਆ ਹੋਇਆ ਆਪਣਾ ਵੀ ਬਾ ਹੁਣ ਖਿੱਚ ਵਧੀਆ ਮੌਕਾ ਬਹੁਤ ਵਧੀਆ ਮੌਕਾ ਲੈ ਕੇ ਜਾ ਉੱਧਰ ਨਾ ਨਹੀਂ ਪੈਂਦਾ ਨਹੀਂ ਪੈਂਦਾ ਲੈ ਜਾ ਓਹੋ ਉਹ ਆ ਗਿਆ ਉਹ ਆ ਗਿਆ ਥੱਲੋਂ 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 ਆਏ ਹਾਏ ਕੀ ਕਰੀ ਜਾਂਦੇ ਹੋ ਉਹ ਦੇਖ ਥੱਲੇ ਹੀ ਆ ਉਹ ਘੁਮਾ ਦੇ ਉਹ ਟੈਂਕੀ ਆ ਫਿਰ ਉਧਰ ਉਹ ਵੀ ਪੇਬੰਗ ਥੱਲੋਂ ਵੀ ਉਹਨਾਂ ਨੂੰ ਟੇਕ ਨੀ ਹੈਗੀ ਦੱਸ ਤੁਸੀਂ ਪੜ੍ਹਨ ਵਗ ਜਾਓ ਯਾਰ ਚੱਲ ਹਵਾ ਨੀ ਮੰਗਦਾ ਖਿੱਚ ਜਾਊ ਉਹ ਹੁਣ ਤਾਂ ਉਤਾਰ ਲਿਆ ਤੂੰ ਬਾਲਾ ਲਾ ਲਿਆ ਧਰ ਦੇ ਕੋਸਾ ਥੱਲੇ ਆ ਗਿਆ ਬਾਈ ਓਹੋ ਮੇਲਾ ਗਿਆ ਓਏ ਹੋਏ ਕਿੱਧਰ ਡਬੋ ਲਿਆ ਆ ਗਿਆ ਹੱਥੋਂ ਕੀ ਕਰੀ ਜਾਂਦੇ ਹੋ ਯਾਰ ਦੋ ਰੰਗੇ ਨਾ ਪੈ ਗਿਆ ਪਿਆ ਨੀ ਕ ਪੈ ਗਿਆ ਉਹ ਲੈ ਆ ਗਿਆ ਹੁਣ ਪਿਆ ਹਨਾ ਨਿਕਲ ਗਿਆ ਉਹ ਡੋਰ ਫਸਾ ਲਈ ਉਰੇ ਟੈਂਕੀ ਚ ਕੱਢ ਲਾਂਗੇ ਮਾੜੇ ਪਾਸੇ ਦਾ ਤੂੰ ਚਾੜਨਾ ਓਏ ਤੇਰਾ ਤਾਂ ਪਹਿਲਾਂ ਵੱਢਣਾ ਸੀ ਉਹ ਬਾਈ ਨੇ ਕੋਸ਼ਿਸ਼ ਪੂਰੀ ਕੀਤੀ ਕਰੀ ਕੀ ਜਾਂਦੇ ਹੋ ਯਾਰ ਲਾਉਂਦੇ ਹਾਲੇ ਤੱਕ ਇੱਕ ਪੇਚਾ ਨੀ ਲਾਇਆ ਅੱਧਾ ਘੰਟਾ ਹੋ ਗਿਆ ਬਾਈ ਨੇ ਪੂਰੀ ਕੋਸ਼ਿਸ਼ ਕੀਤੀ ਹੈ ਨਾ ਇੱਕ ਪੇਚਾ ਨੀ ਦੋ ਤਾਂ ਵੱਢੇ ਨੇ ਦੋ ਵੀ ਕਿ ਵੱਧ ਹੀ ਵੱਢੇ ਨੇ ਲੱਗ ਗਿਆ ਇੱਕ ਵਾਰੀ ਲਿਫਟ ਜਾਵੇ ਯਾਰ ਕਿਸੇ ਨਾਲ ਉਹ ਲਾਦੀ ਉਹਨੇ ਖਿੱਚ ਬਸ ਹੋ ਗਿਆ ਸ਼ਾਂਤ ਮਖਮਲੀ ਚਲ ਲਓ ਜੀ ਪਤੰਗ ਚਾੜ ਲਿਆ ਕਹਿੰਦੇ ਹੁਣ ਕਹਿੰਦੇ ਮੁੰਡਾ ਝੰਡੀ ਫੇਰਨ ਦੀ ਕੋਸ਼ਿਸ਼ ਚ ਆ ਬਸ ਠੀਕ ਆ ਉਹ ਜਾ ਯਾਰ ਮੇਰੇ ਯਾਰ ਚੀਰੇ ਬਾਲੇ ਆ ਜਾਂਦੇ ਨੇ ਯਾਰ ਕਰਦਾ ਤੂੰ ਚਾੜਿਆ ਆਪ ਤੜਾਮਾ ਪਾਈਆਂ ਨੇ ਕਿਹਦੇ ਨਾਲ ਆਏਗਾ ਹੁਣ ਪਤਾ ਕੀ ਹੋਊਗਾ ਬਾਈ ਚਾੜ ਲਈਏ ਕਿਉਂ
ਤੇਰਾ ਕੱਲਾ ਕੱਲਾ ਡਾਇਲੋਗ ਪਤਾ ਮੈਨੂੰ ਕਦੋਂ ਕੀ ਬੋਲੂਗਾ ਗੱਲ ਸਹੀ ਆ ਕੀ ਸਹੀ ਆ ਤੂੰ ਚਾੜ ਕੇ ਹੀ ਦੱਸੂਗੀ ਇਹਨਾਂ ਨਾਲ ਲਾਉਂ ਲੈ ਕਿਸੇ ਨੇ ਇਹਨੂੰ ਕੋਠਾ ਨਹੀਂ ਟਪਾਉਣ ਦੇਣਾ ਯਾਰ ਮੈਥੋਂ ਲਿਖਾ ਲਾ ਕੋਠਾ ਦਾ ਟੱਪ ਗਿਆ ਕਦੋਂ ਦਾ ਟਵਾ ਲਾਇਆ ਉਹ ਆ ਖਿੱਚੀ ਯਾਰ ਉਹ ਆ ਗਈ ਛੇੜੀ ਸਿੱਟ ਨਹੀਂ ਦੇ ਕਿਵੇਂ ਪਈ ਜਾਂਦੀ ਆ ਚੀਰਾ ਵਾਲਾ ਡੂੰਘਾ ਆ ਗਿਆ ਉਹ ਯਾਰ ਹਾਂ ਚੀਰੇ ਡੂੰਘੇ ਵਧੀਆ ਲੱਗਦੇ ਆ ਹਾਂ ਤੇਰੇ ਚੀਰਾ ਡੂੰਘਾ ਹੈ ਉਹ ਦੇਖੀ ਉਹ ਤਾਂ ਚੇਪ ਹੀ ਲੈ ਲਈ ਬਾਅਦ ਚੋਂ ਕਹਿੰਦਾ ਪਤੰਗ ਹੈ ਨੀ ਪਹਿਲਾਂ ਉਹਨੂੰ ਦਾਅਵੇ ਕਰਿਆ ਹੋਊਗਾ ਹਾਂ ਹਾਂ ਵੱਡਾ ਚੱਕਰ ਦਊ ਚੱਕਰ ਦੋ ਮਹੀਨੇ ਹੋ ਗਏ ਲਿਆਂਦਾ ਤੈਨੂੰ ਕਿਹਦੇ ਨਾਲ ਲਾ ਲਿਆ ਚੱਲ ਆਇਆ ਆਇਆ ਤੂੰ ਤਾਂ ਚੱਲ ਮੈਂ ਤਾਂ ਫੇਰ ਵੀ ਚਾਰ ਪੰਜ ਵੱਢ ਕੇ ਆਇਆ ਸੀ ਸ਼ਰਮ ਕਰ ਲਾ ਸ਼ਰਮ ਬਈ ਯਾਰ ਗਰਾਰੀ ਬਾਲੀ ਜ਼ਿਆਦੇ ਫਸੀ ਹੋਈ ਆ ਉਹ ਪਤੰਗ ਨਾਲ ਨੀਲੇ ਪਤੰਗ ਨਾਲ ਉਹ ਮਤਲਬ ਕਿ ਬੰਦਾ ਸਾਨੂੰ ਚੜਾਉਣ ਨਹੀਂ ਦਿੰਦਾ ਜਮੀ ਨਾਲ ਦੀ ਨਾਲ ਖਿੱਚ ਕੇ ਤੁਰ 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 ਉਹ ਆ ਗਿਆ ਉਹਦੇ ਹੁਣ ਤੱਕ ਜਿੰਨੇ ਵੱਡੇ ਉਹਨੇ ਹੀ ਵੱਡੇ ਆ ਕਹਿੰਦੇ ਪਹਿਲਾਂ ਮੇਰੇ ਆਉਣ ਤੋਂ ਪਹਿਲਾਂ ਇਹਨਾਂ ਨੇ ਬਹੁਤ ਵੱਡੇ ਆ ਉਹਦੇ ਉਹ ਆ ਗਿਆ ਆ ਗਿਆ ਇਹ ਹਲੇ ਪਤੰਗ ਠੀਕ ਨੇ ਬਈ ਹੈਵੀ ਨੇ ਆਪਾਂ ਇਹਨਾਂ ਦਾ ਸੈਂਕੜਾ ਹੋਰ ਚੱਕ ਲਿਆਵਾਂਗੇ ਇਹ ਵੀ ਬੜਵਾਏਗਾ ਮਨਵੀਰ ਕੰਮਦਾ ਤਾਂ ਨਹੀਂ ਕੰਮਦਾ ਹੀ ਆ ਹੋਰ ਕੀ ਆ ਉਹ ਯਾਰ ਮਨਵੀਰ ਇਹਨੂੰ ਪੂਰੀ ਰੂਹ ਲਾ ਲਾ ਉਹ ਟੀਸੀਆਂ ਦੇ ਇਹਨੂੰ ਬਈ ਟੀਸੀਆਂ ਦੇ ਲਾ ਲਾ ਪੂਰਾ ਐਂ ਖਿੱਚ ਕੇ ਤਾਂ ਉਹਨੇ ਫੇਰ ਲੈ ਜਾਣਾ ਟੀਸੀ ਲਵਾ ਜਾ ਪੀਸੀ ਲਵਾ ਮਨਵੀਰ ਜੀ ਮੈਂ ਲਾ ਤਾਂ ਸਹੀ ਉਹ ਚੁੱਪ ਕਰ ਓਏ ਭੈਣ ਦੇ ਯਾਰ ਓਏ ਸਟਾਰਟਿੰਗ ਦੇ ਬਲੌਕ ਓਏ ਇਹਨੂੰ ਗਾਲ ਕੱਢੋ ਯਾਰ ਕਿਹੜਾ ਏਸੀ ਚਾਰਜੂ ਏਸੀ ਚਾਰਜਿੰਗ ਲੈ ਏਸੀ ਚਾਰਜੂ ਚੁੱਪ ਕਰ ਆ ਗਿਆ ਫੁੱਪੜ ਚਿੱਤੜਾਂ ਚ ਨਾ ਓਏ ਤੂੰ ਕੱਚੇ ਅੰਡੇ ਬਣਾ ਹੁੰਦੇ ਇਹਨੂੰ ਬਲੌਕ ਚਿੱਤੜਾਂ ਚ ਤੇ ਗਲਤ ਤਾਂ ਤੂੰ ਆਣਾ ਨਹੀਂ ਗਲਤ ਆਉਂਗਾ ਨਾ ਕੱਲ ਤੱਕ ਰਿਕਾਰਡਿੰਗ ਕਰਕੇ ਚੁੱਪ ਚੁੱਪ ਖਿੱਚ ਉਹ ਖੜ ਜਾ ਖਿੱਚ ਖਿੱਚ ਓ ਯਾਰ ਫਿਰ ਕਰੀਏ ਕੀ ਹੁਣ ਵੱਧ ਤਾਂ ਪੂਰਾ ਗਿਆ ਬਈ ਕਿੱਥੇ ਗਿਆ ਪੂਰਾ ਵੱਧ ਗਿਆ ਅੱਜ ਕਿਤੇ ਮਨਵੀਰ ਜੀ ਮੈਂ ਹੁੰਦਾ ਮੈਂ ਇੰਨੀ ਘੋਲ ਨਹੀਂ ਕਰਦਾ ਮਾਰੀ ਮੇਰੀ ਆਈ ਬਣੀ ਜੀ ਖਿੱਚ ਦੇ ਮਨਵੀਰ ਕਦੇ ਵਿੱਚ ਪੋਇਆ ਕਿੱਥੇ ਖਿੱਚਦਾ ਹੁੰਦਾ ਥੱਲੇ ਆ ਉਹ ਆ ਗਿਆ ਉਹ ਦੋਨੇ ਗਏ ਚੱਲ ਓਏ ਇੱਕ ਦਾ ਲਾਤਾ ਉਹ ਥੱਲੋਂ ਆ ਗਿਆ ਖਿੱਚ 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 ਬਰਬਰ ਖਿੱਚ ਬਰਬਰ ਖਿੱਚ ਬਰਬਰ ਖਿੱਚ 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 ਆ ਗਿਆ ਆ ਗਿਆ ਆ ਗਿਆ ਆ ਗਿਆ ਖਿੱਚ 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 ਗਿਆ ਕੀ ਗਿਆ ਤੈਨੂੰ ਵਾਹ ਜੀ ਵਾਹ ਸ਼ਾਬਾਸ਼ ਬਹੁਤ ਵਧੀਆ ਚੱਲ ਕੈਨੇਡਾ ਪਤੰਗ ਪੂਰਾ ਬੰਬ ਵੱਡਿਆ ਫੇਰ ਜਾਣਾ ਉਹ ਯਾਰ ਇੱਕੋ ਹੀ ਆ ਪ੍ਰੋਬਲਮ ਆ ਪਿੱਛੋਂ ਜਿਹੜਾ ਬੰਦਾ ਹੋਊ ਨਾ ਉਹੀ ਰਾਜਾ ਹੋਊ ਨਹੀਂ ਅੱਗੇ ਤਾਂ ਆਪਾਂ ਹੁੰਦੇ ਆ ਅੱਗੇ ਆਏ ਹੋਰ ਕੁਛ ਨਾ ਹੁੰਦੇ ਅੱਗੇ ਨਹੀਂ ਨਾ ਹੁੰਦੇ ਫਿਰ ਕੋਠੇ ਤੇ ਹੁੰਦੇ ਆ ਫਿਰ ਵੀ ਉੱਪਰ ਨਹੀਂ ਨਹੀਂ ਐ ਨਹੀਂ ਗਾ ਤੇ ਆਪਾਂ ਫਿਰ ਇੱਧਰ ਹੀ ਕਰਕੇ ਡਾਂ ਯਾਰ ਬੰਦਾ ਹੱਥੋਂ ਖਿੱਚੂਗਾ ਉੱਥੇ ਜ਼ੋਰ ਕਿਹੜਾ ਪੈਣਾ ਹਾਂ ਉਹ ਮਗਰੋਂ ਆ ਨਾ ਉਹੀ ਤਾਂ ਗੱਲ ਕਹਿਣਾ ਮੈਂ ਓਏ ਆ ਕਿਹੜਾ ਪੂਦੀਆ ਹੋਰ ਆ ਤੁਲ ਵੀ ਆਉਂਦਾ ਵਿੱਚ ਹੀ ਚੱਲ ਲੱਗਣ ਹੁੰਡੀ ਉਹ ਆਉਂਦਾ ਬਾਈ ਹੱਲੇ ਆਈ ਦਾ ਕਿਹੜਾ ਉਹ ਉੱਤੇ ਵੀ ਆ ਉਹ ਪਰੇ ਓਏ ਆ ਕਿਹੜਾ ਲਾਲ ਲੱਲੂਆ ਉਹ ਦੇਖ ਦੇ ਆ ਕੀ ਆ ਓਏ ਮੋਟਰ ਚਲਾਉਣਾ ਮਿੰਟ ਕਿ ਨੂੰ ਟਰ ਆਏ ਹਾਏ ਨਾ ਕਿਹ ਨਾਲ ਲਾਉਣਾ ਤੇਰੇ ਵਾਲੀ ਗੱਲ ਕਹਾਂ ਮੈਂ ਅਬੇ ਦੂਰ ਲਾ ਦੇ ਓਏ ਉਹ ਦੇ ਉਹ ਲੱਗ ਗਿਆ ਅਬੇ ਦੂਰ ਲਾ ਦੇ ਓਏ ਕਿੰਨਾ ਲੱਗਿਆ ਸੀਨ ਸਿੱਟਣੀ ਦੋ 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 ਹੋ ਗਈ ਹੋ ਗਈ ਮਸਤੀ ਕਰਦੀ ਸੀ ਆ ਸ਼ਰਾ ਨੇ ਲੱਗ ਤਾਂ ਹੀ ਰਹੀ ਆ ਸ਼ਰਾ ਨੇ ਖੁੱਚ ਦੇ ਤਾਂ ਹਲਕੀ ਜੀ ਆ ਆ ਕੱਪੜਿਆਂ ਦੀ ਪ੍ਰਮੋਸ਼ਨ ਹੋਈ ਜਾਂਦੀ ਆ ਜਾਣਦਾ ਯਾਰ ਜੀ ਦੋ ਦੋ ਇੱਕ ਗਿਆ ਲਾਲ ਗਿਆ ਇੱਕ ਗਿਆ ਲਾਲ ਗਿਆ ਜਾਂਦੀ ਨੀ ਤਾਂ ਖਿੱਚਦਾ ਲਾ ਤੂੰ ਨਾ ਨਾ ਖਿੱਚਦੀਆਂ ਕਲਿੱਪਾਂ ਪਾਈ ਜਾਂਦਾ ਉਹ ਜਾਂਦੀ ਨੀ ਜਾਊਗੀ ਓਏ ਇਹਦੀ ਕੀ ਬਿਮਾਰੀ ਆ ਕੀ ਆ ਓਏ ਗਈ ਆ ਕੀ ਆ ਇੱਧਰ ਸਾਈਡ ਤੇ ਦੇਖ ਸਾ ਉਹ ਦੇਖ ਇਹ ਕਿਨੇ ਚੜਿਆ ਕਿੰਨਾ ਬੰਬ ਲੱਗਦਾ
ਇਹਦੇ ਸਾਈਜ਼ ਵੱਡਾ ਹੁੰਦਾ ਇਹ 6 ਦਾ ਵਾ ਬਹੁਤ ਨਜ਼ਾਰਾ ਆਉਣਾ ਜੀ ਤੇਰੇ ਨਾ ਹੁਣ ਲਾਉਣੇ ਕਿਸੇ ਆ ਰਿਹਾ ਤੂੰ ਲਕੀਰ ਨਾ ਲਾਈ ਫਿਰਦਾ ਆਇਆ ਉੱਤੇ ਉੱਤੇ ਦੇਖੀ ਹੁਣ ਦੇਖੀ ਹੁਣ ਦੇਖੀ ਕਿਵੇਂ ਸਿੱਧਾ ਹੀ ਜਾਂਦਾ ਓਏ ਓਏ ਹੋਏ ਟੈਟ ਆ ਪੂਰਾ ਪੋਜੀਸ਼ਨ ਟੈਟ ਆ ਦੀ ਲੱਗੂ ਲੱਗੂ ਲਾਦੇ 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 ਲਾਰੇ ਖਿੱਚ ਲਾਰੇ ਉਹਨੇ ਸਾਰ ਦਿੱਤੀ ਮੈਂ ਵੀ ਸਾਰ ਦਿੱਤੀ ਸਾਰ ਦਿੱਤੀ ਉਹਨੇ ਆਪਣੇ ਭਰ ਖਿੱਚ ਲਾ ਦੇ ਮੈਂ ਕਹਿੰਦਾ ਦੇਖੀ ਉਹ ਦੇਖ ਕਿੱਧਰ ਆ ਫੇਰ ਖਿੱਚ ਲਾ ਦੇ ਜੇ ਥੱਲੋਂ ਲੈ ਆਇਆ ਨਾ ਤੇਰਾ ਔਖਾ ਹੋ ਜਾਣਾ ਲਾਦੇ 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 ਦੇਖੀ ਚੱਲੂ ਦੇਖਿਆ ਪੇਚੇ ਇਹ ਹਮੇਸ਼ਾ ਉੱਥੋਂ ਹੀ ਲੱਗਣਗੇ ਉਹ ਦੇਖ ਸੰਤਰੀ ਸੰਤਰੀ ਦੇ ਉੱਤੇ ਧਰ ਦੇ ਬਾ ਹੋਰ ਕੀ ਆ ਉੱਤੇ ਧਰ ਦੇ ਰੇ ਆਪਾਂ ਸ਼ੋਅ ਕਰਦੇ ਆ ਵੀ ਆਪਣਾ ਕੀ ਆ ਹਾਂ ਲਵੇਟੂ ਉਹ ਚਲ ਧਰਤਾ ਧਰਤਾ ਬਾ ਠੀਕ ਆ ਬਾ ਗਿਆ ਉਹਦਾ ਦੇਖੀ ਨੂੰ ਆਪਣਾ ਭਾਰੀ ਬਹੁਤ ਆ ਉਹ ਸੰਤਰੀ ਦੇ ਸਰ ਧਰਤੀ ਗਿਆ ਉਹ ਕਦੇ ਤੁਸੀਂ ਪੇਪਰ ਮਿਲ ਤੇ ਕਰਨਾ ਲਾ ਲਿਓ ਇਹ ਨਾ ਬਸ ਸੰਤਰੀ ਗਿਆ ਲੈ ਗਿਆ ਦੇਖੀ ਨੂੰ ਤੇਰੇ ਸਾਹਮਣੇ ਆ ਓਹੋ ਹੋਏ ਠੰਡੀ ਹਵਾ ਗਿਆ ਸੰਤਰੀ ਉਹ ਜਾ ਆਪਦਾ ਹੀ ਨਾ ਬਣਾ ਲਈ ਤੂੰ ਜਾ ਜਾ ਕੀ ਕਹਿੰਦਾ ਜੀ ਉਹ ਜਾਂਦਾ ਹੀ ਨਹੀਂ ਮੈਂ ਤਾਂ ਉਹ ਸਿੱਧੀ ਨਹੀਂ ਜਾਂਦਾ ਉਹ ਉਹ ਗਿਆ ਨਹੀਂ ਉਹ ਮੁਗਲੀ ਓਏ ਉਹ ਥੱਲੇ ਵਾਲੇ ਪੰਗੇ ਲੈਣਗੇ ਥੱਲੇ ਵਾਲਾ ਪੰਗਾ ਲਊ ਉਹ ਥੱਲੇ ਵਾਲਾ ਨੇ ਲਟਕਾ ਲਿਆ ਮੈਨੂੰ ਲੱਗਦਾ ਹਾਂ ਲੰਕ ਗਿਆ ਨਾ ਉਹ ਕੀ ਕਰੀਏ ਦੋ ਦੋ ਤਿੰਨ ਤਿੰਨ ਵੇਚੇ ਪਏ ਹੋਏ ਨੇ ਕੋਈ ਨਹੀਂ ਉਹ ਆਪਣਾ ਬਹੁਤ ਭਾਰੀ ਹੋਏ ਨਾ ਉਹ ਚੱਲ ਓਏ ਲਾਲ ਗਿਆ ਚੱਲ ਓਏ ਦੋਨੇ ਗਏ ਚੱਲ ਹੁਣ ਕਰ ਲਾ ਸਿੱਧਾ ਕਰ ਸਿੱਧਾ ਲਪੇਟਣਾ ਹੁਣ ਹਾਏ 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 ਹੁਣ ਇਹਦਾ ਲਾ ਹੁਣ ਉਹਦੇ ਨਾਲ ਲਾ ਕਿੰਨਾ ਜ਼ਹਿਰ ਲੱਗਦਾ ਬਹੁਤ ਦੂਰ ਲੱਗਿਆ ਹੋਇਆ ਚੱਲ ਸੋ ਗਾਈਜ਼ ਅੱਜ ਦਾ ਵਲੌਗ ਆਪਾਂ ਉਰੇ ਐਂਡ ਕਰਦੇ ਹਾਂ ਮੈਂ ਆਪਣੇ ਆਫਿਸ ਦੇ ਵਿੱਚ ਬੈਠਾ ਅਤੇ ਥੋੜ੍ਹਾ ਕੰਮ ਪੈ ਗਿਆ ਸੀ ਤਾਂ ਕਰਕੇ ਕਾਈਟ ਵਲੌਗ ਉੱਥੇ ਹੀ ਰੋਕਣਾ ਪਿਆ ਬਸ ਇੱਕ ਹੋਰ ਦਿਨ ਰਹਿ ਗਿਆ 4 ਤਰੀਕ ਰਹਿ ਗਈ ਅਤੇ ਆਪਾਂ ਫਿਰ ਕਾਈਟ ਸਟੈਸ਼ ਵਗੈਰਾ ਲੈ ਕੇ ਆਉਣਾ ਤੁਹਾਡੇ ਲਈ ਕਾਈਟ ਸਟੈਸ਼ ਗੱਟੂ ਸਟੈਸ਼ ਇਹੋ ਜਿਹਾ ਬਹੁਤ ਕੁਛ ਆਉਣ ਵਾਲਾ ਬਹੁਤ ਕੁਛ ਲੋਹੜੀ ਵਾਲਾ ਕੰਟੈਂਟ ਆਉਣ ਵਾਲਾ ਲੋਹੜੀ ਦੇ ਵਲੌਗ ਆਉਣ ਵਾਲੇ ਨੇ ਤਾਂ ਉਹਦੇ ਲਈ ਤੁਸੀਂ ਮੇਕ ਸ਼ਿਓਰ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇ ਜੇ ਨਹੀਂ ਕੀਤਾ ਹੋਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹੁਣ ਅਗਲੇ ਵਲੌਗ ਦੇ ਵਿੱਚ ਮਿਲਦੇ ਹਾਂ ਦੇਖਦੇ ਕਿਹੜਾ ਵਲੌਗ ਲੈ ਕੇ ਆਉਂਦੇ ਹਾਂ